ਜੇ ਪਾਣੀ ਸਾਂਭਣ ਦਾ, ਪਾਣੀ ਬਚਾਉਣ ਦਾ ਅੱਜ ਤਹੱਈਆ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕਈ ਬੁੱਧੀਜੀਵੀ ਦਾਅਵਾ ਕਰ ਰਹੇ ਨੇ ਕਿ ਦਿਨੋ ਦਿਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ 'ਚ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੋਵੇਗਾ। ਦੇਸ਼ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਜਲ ਕਮਿਸ਼ਨ ਦੀ ਤਾਜ਼ਾ ਰਿਪੋਰਟ 'ਚ ਕੁਝ ਅਜਿਹੇ ਅੰਕੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ। ਰਿਪੋਰਟ ਮੁਤਾਬਕ ਦੇਸ਼ ਦੇ 150 ਮੁੱਖ ਜਲ ਭੰਡਾਰਾਂ 'ਚ ਪਾਣੀ ਸਿਰਫ 21% ਰਹਿ ਗਿਆ ਹੈ। ਪਾਣੀ ਬਿਜਲੀ ਪ੍ਰੋਜੈਕਟਾਂ ਅਤੇ ਪਾਣੀ ਦੀ ਸਪਲਾਈ ਲਈ ਜੋ ਬੜੇ ਮਹੱਤਵਪੂਰਨ ਮੰਨੇ ਜਾਂਦੇ ਨੇ, ਇਨ੍ਹਾਂ ਜਲ ਭੰਡਾਰਾਂ ਦੀ ਸੰਯੁਕਤ ਭੰਡਾਰਨ ਸਮਰੱਥਾ 178.784 ਅਰਬ ਕਿਊਬਿਕ ਮੀਟਰ ਹੈ, ਜੋ ਕਿ ਦੇਸ਼ ਦੀ ਕੁੱਲ ਜਲ ਭੰਡਾਰਨ ਸਮਰੱਥਾ ਦਾ ਲਗਭਗ 79.35% ਹੈ। ਰਿਪੋਰਟ ਮੁਤਾਬਕ ਬੀਤੇ ਦਿਨ ਤੱਕ ਇਨ੍ਹਾਂ ਜਲ ਭੰਡਾਰਾਂ 'ਚ ਉਪਲਬਧ ਪਾਣੀ ਭੰਡਾਰਨ 37.662 BCM ਹੈ, ਜੋ ਕਿ ਉਹਨਾਂ ਦੀ ਕੁੱਲ ਸਮਰੱਥਾ ਦਾ 21% ਬਣਦਾ ਹੈ। ਕੁੱਲ ਮਿਲਾ ਕੇ 150 ਜਲ ਭੰਡਾਰਾਂ 'ਚ ਉਪਲਬਧ ਲਾਈਵ ਸਟੋਰੇਜ 257.812 BCM ਦੀ ਅਨੁਮਾਨਿਤ ਕੁੱਲ ਸਮਰੱਥਾ ਦੇ ਮੁਕਾਬਲੇ 54.310 BCM ਹੈ। ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਮੁਤਾਬਕ ਜਲ ਭੰਡਾਰਾਂ 'ਚ ਮੌਜੂਦਾ ਭੰਡਾਰਨ ਪਿਛਲੇ 10 ਸਾਲਾਂ ਦੇ ਔਸਤ ਭੰਡਾਰਨ ਨਾਲੋਂ ਘੱਟ ਹੈ। ਪਿਛਲੇ 2 ਹਫ਼ਤਿਆਂ 'ਚ ਜਲ ਭੰਡਾਰਾਂ 'ਚ ਕੁੱਲ ਭੰਡਾਰਨ ਲਗਭਗ 22% ਸੀ, ਜਦਕਿ ਇੱਕ ਹਫ਼ਤਾ ਪਹਿਲਾਂ 23% ਸੀ। ਇਸ ਸੰਕਟ 'ਚ ਘਿਰੇ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ 'ਚ ਮੌਜੂਦਾ ਕੁੱਲ 10 ਜਲ ਭੰਡਾਰਾਂ ਦੀ ਕੁੱਲ ਪਾਣੀ ਦੀ ਸਟੋਰੇਜ ਦੀ ਸਮਰੱਥਾ 19.663 BCM ਹੈ। ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਮੁਤਾਬਕ ਇਨ੍ਹਾਂ ਜਲ ਭੰਡਾਰਾਂ 'ਚ ਮੌਜੂਦਾ ਜਲ ਭੰਡਾਰ 5.488 BCM ਹੈ, ਜੋ ਕਿ ਪਿਛਲੇ ਸਾਲ ਨਾਲੋਂ 39% ਘੱਟ ਹੈ। ਉੱਥੇ ਹੀ ਉੱਤਰੀ ਪੂਰਬੀ ਸੂਬਿਆਂ 'ਚ ਜਿਵੇਂ ਅਸਾਮ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ 'ਚ 23 ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ 20.430 BCM ਹੈ। ਇਨ੍ਹਾਂ ਜਲ ਭੰਡਾਰਾਂ 'ਚ ਮੌਜੂਦਾ ਜਲ ਭੰਡਾਰਨ 3.873 BCM ਹੈ, ਜੋ ਕੁੱਲ ਸਮਰੱਥਾ ਦਾ 19% ਹੈ। ਹਾਲਾਂਕਿ ਇਨ੍ਹਾਂ 23 ਜਲ ਭੰਡਾਰਾਂ 'ਚ ਪਿਛਲੇ ਸਾਲ ਦੇ 18% ਦੇ ਮੁਕਾਬਲੇ ਪਾਣੀ ਦਾ ਭੰਡਾਰ ਥੋੜ੍ਹਾ ਜ਼ਰੂਰ ਵਧਿਆ ਹੈ, ਪਰ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਕਿਉਂਕਿ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਦੇਸ਼ ਦੇ 150 ਮੁੱਖ ਜਲ ਭੰਡਾਰਾਂ 'ਚ ਪਾਣੀ ਸਿਰਫ 21% ਹੀ ਰਹਿ ਗਿਆ ਹੈ। ਇਸ ਕਰਕੇ ਲੋੜ ਹੈ ਕਿ ਜੇਕਰ ਅਸੀਂ ਆਪਣਾ ਆਉਣ ਵਾਲਾ ਭਵਿੱਖ ਬਿਹਤਰ ਬਣਾਉਣਾ ਚਾਹੁੰਦੇ ਹਾਂ, ਆਉਣ ਵਾਲੀ ਪੀੜ੍ਹੀ ਲਈ ਕੁਝ ਬਚਾਉਣਾ ਚਾਹੁੰਦੇ ਹਾਂ, ਤਾਂ ਅੱਜ ਤੋਂ ਹੀ ਪਾਣੀ ਸਾਂਭਣਾ ਸ਼ੁਰੂ ਕਰ ਦੇਈਏ, ਪਾਣੀ ਦੀ ਦੁਰਵਰਤੋਂ ਨਾ ਕਰੀਏ।